ਗੁਰੂ ਸ਼ੋ ਪ੍ਰਾਪਤ ਧਰਤੀ ਤੇ ਸ਼ਹੀਦਾਂ ਦੇ ਨਗਰ ਵਿੱਚ ਇਕੱਤਰ ਹੋਏ ਸਮੂਹ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮੈਂ ਇਸ ਨਗਰ ਦੇ ਬਹੁਤ ਸਾਰੇ ਸਿੰਘਾਂ ਦਾ ਸਾਥ ਮਾਣਿਆ ਤੇ ਅੱਜ ਮੈਂ ਉਹਨਾਂ ਨੂੰ ਯਾਦ ਕਰਨ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਇੱਥੇ ਹਾਜ਼ਰ ਹਾਂ। ਸਿੰਘ ਸਾਹਿਬ ਗੱਲ ਕਰ ਰਹੇ ਸੀ ਕਿ ਇਸ ਨਗਰ ਦੇ ਜਦੋਂ ਵੀ ਕਦੀ ਕੋਈ ਸੰਘਰਸ਼ ਹੋਇਆ, 47 ਉਸ ਤੋਂ ਪਹਿਲਾਂ ਜਾਂ ਨੈਕਸਲਾਈਟ ਵੀ ਕੋਈ ਵੀ, ਤੇ ਇਸ ਨਗਰ ਦੇ ਸਦਾ ਹੀ ਸਿੰਘ ਅੱਗੇ ਆਏ ਤੇ ਉਹਨਾਂ ਨੇ ਸੰਘਰਸ਼ ਕੀਤਾ ਤੇ ਸ਼ਹਾਦਤਾਂ ਦਿੱਤੀਆਂ ਤੇ ਕਦੀ ਮੂੰਹ ਨਹੀਂ ਮੋੜਿਆ। ਮੈਨੂੰ ਇਹਦੇ ਵਿੱਚ ਇੱਕ ਯਾਦ ਆਈ ਕਿ ਹਰਮਿੰਦਰ ਸਿੰਘ ਸੁਲਤਾਨਵਿੰਡ ਹੋਣਾ ਦੇ ਪੜਾਅ ਜੋ ਸੜਕ ਤੋਂ ਪਾਰ, ਉੱਥੇ ਅਸੀਂ ਬੈਠੇ ਸੀ। ਕਾਫੀ ਸਿੰਘ ਸੀ, ਭਾਊ ਕੰਵਰ ਸਿੰਘ ਉਦੋਂ ਭਗੌੜਾ ਹੋ ਚੁੱਕਿਆ ਸੀ, ਨਿਰਮਲ ਸਿੰਘ, ਲਾਭ ਸਿੰਘ, ਮਥੁਰਾ ਸਿੰਘ ਤੇ ਹੋਰ ਕਾਫੀ ਸਿੰਘ ਸਨ। ਬਾਪੂ ਸ਼ਿੰਗਾਰਾ ਸਿੰਘ ਹੁਣ ਵੀ ਬੈਠੇ ਸੀ ਤੇ ਇਹ ਗੱਲ ਉੱਥੇ ਵੀ ਤੁਰੀ, ਉਦਾਂ ਹੀ ਹਾਸੇ 'ਚ ਤੁਰੀ ਤੇ ਇਹ ਗੱਲ ਆਈ ਕਿ ਇਹ ਗੱਲ ਸੁਣੀ ਦੀ। ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਉਹਨਾਂ ਨੇ ਸਾਰਾ ਵੇਰਵਾ ਦੱਸਿਆ ਬਜ਼ੁਰਗਾਂ ਨੇ ਤੇ ਗੱਲ। ਫਿਰ ਕੰਵਰ ਸਿੰਘ ਨੇ ਜਾਣੀ ਕਿ ਗੱਲ ਇਸ ਤਰ੍ਹਾਂ ਕੀਤੀ, ਅਸੀਂ ਗੱਲ ਕੀਤੀ ਕਿ ਕਿਵੇਂ ਆ ਇਹ, ਹਨਾ। ਉਹਨੇ ਹਾਸੇ ਹਾਸੇ 'ਚ ਲੰਮਾ ਪਿਆ ਸੀ, ਰਾਤ ਦਾ ਸਮਾਂ ਸੀ, ਕਹਿੰਦਾ ਭਾਊ ਹੈ ਤਾਂ ਇੱਦਾਂ ਹੀ ਕਿ ਸਾਡੀ ਮਿੱਟੀ 'ਚ ਕੁਛ ਇਸ ਤਰ੍ਹਾਂ ਆ, ਅਸੀਂ ਇਸੇ ਤਰ੍ਹਾਂ ਦੇ ਹਾਂ, ਇਹ ਕੁਛ ਮਿੱਟੀ ਹੀ ਇਸ ਤਰ੍ਹਾਂ ਦੀ ਹੁੰਦੀ। ਮੈਨੂੰ ਯਾਦ ਆਉਂਦਾ ਹੈ ਕਿ ਭਾਊ ਕਵਨ ਸਿੰਘ ਸੁਲਤਾਨਵਿੰਡ, ਹਰਮਿੰਦਰ ਸਿੰਘ ਸੁਲਤਾਨਵਿੰਡ, ਹਰਪਾਲ ਸਿੰਘ, ਪੱਪੂ, ਅਵਤਾਰ ਸਿੰਘ, ਲਖਵਿੰਦਰ ਸਿੰਘ, ਹੋਰ ਕਿੰਨੇ ਹੀ ਸਿੰਘ ਜਿਹੜੇ ਮਿਲਦੇ ਸੀ, ਕਈਆਂ ਦੇ ਤਾਂ ਨਾਂ ਵੀ ਨਹੀਂ ਯਾਦ, ਸ਼ਕਲਾਂ ਯਾਦ ਆ ਉਹਨਾਂ ਦੀਆਂ, ਸੋਹਣੀਆਂ ਸ਼ਕਲਾਂ, ਅਤੇ ਉਹ ਕਿਹੋ ਜਿਹੇ ਸਿੰਘ ਸਨ, ਆਪਣੇ ਸਮੇਂ ਦੇ ਸਭ ਤੋਂ ਬਿਹਤਰੀਨ, ਸਭ ਤੋਂ ਦਲੇਰ ਅਤੇ ਸਭ ਤੋਂ ਅਣਖੀ ਅਤੇ ਸਭ ਤੋਂ ਸੁਚੱਜੇ ਕਾਰਤ ਜੋ ਪਰਮਾਤਮਾ ਨੇ ਕੜੀਆਂ ਉਹ ਸਨ ਉਹ। ਅਤੇ ਇਸ ਪਿੰਡ ਦੀ ਜੋ ਸਾਡੇ, ਮੈਨੂੰ ਯਾਦ ਆਉਂਦਾ ਕਿ ਜਦੋਂ ਸਭ ਤੋਂ ਪਹਿਲਾਂ ਹਾਲੇ ਕੰਵਰਜੀਤ ਸਿੰਘ ਹੁਣੀ ਘਰੇ ਸੀ, ਕੰਵਰਜੀਤ ਸਿੰਘ, ਹਰਮਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਨਿਰਮਲ ਸਿੰਘ ਮੀਆਂਵਿੰਡ, ਭਾਈ ਮਨਵੀਰ ਸਿੰਘ, ਇਹ ਬਹੁਤ ਪਹਿਲਾਂ ਤੋਂ ਹੀ 84 ਤੋਂ ਬਾਅਦ ਹੀ ਇੱਥੇ ਅਸੀਂ ਪੂਰੀ ਐਕਟੀਵਿਟੀ ਸ਼ੁਰੂ ਹੋ ਗਈ ਸੀ। ਜਿਹੜਾ ਉਸ ਤੋਂ ਬਾਅਦ ਖਾੜਕੂ ਸੰਘਰਸ਼ ਇਕੱਠਿਆਂ ਕੀਤਾ, ਫੈਡਰੇਸ਼ਨ ਨੂੰ ਇਕੱਠਿਆਂ ਕੀਤਾ, ਟਕਸਾਲ ਪੰਥਕ ਕਮੇਟੀ ਬਣੀ, KSF ਬਣੀ, ਚੌਕ ਮਹਿਤਾ ਜੋ ਸਮਾਗਮ ਹੋਇਆ, ਫਿਰ ਸਰਬੱਤ ਖਾਲਸਾ ਹੋਇਆ, ਉਹ ਇਸ ਪਿੰਡ ਵਿੱਚ ਹੀ ਰਹਿ ਕੇ ਇਹਨਾਂ ਸਿੰਘਾਂ ਦੀ ਸਰਗਰਮੀ, ਜਦੋਂ ਇਹ ਘਰੇ ਸੀ ਇਹਨਾਂ ਦੀ ਭਰਪੂਰ ਸਰਗਰਮੀ ਕਾਰਨ ਹੀ ਹੋਇਆ, ਅਤੇ ਉਸ ਤੋਂ ਬਾਅਦ ਸਾਰੇ ਇਹ ਸੰਘਰਸ਼ 'ਚ ਹਥਿਆਰਵਾਂ ਸੰਘਰਸ਼ ਤੁਰ ਪਏ ਅਤੇ ਸ਼ਹਾਦਤਾਂ ਦਿੱਤੀਆਂ। ਕਦੇ ਨਹੀਂ ਭੁਲਾਇਆ ਜਾ ਸਕਦਾ ਭਾਊ ਕੰਵਰਜੀਤ ਸਿੰਘ ਹੁਣਾਂ ਦੀ ਮਾਤਾ ਜੀ ਨੂੰ, ਉਸ ਪਵਿੱਤਰ ਰੂਹ, ਉਹਨਾਂ ਦੀ ਅਰਦਾਸਾਂ ਨੂੰ। ਇਹ ਸਨ ਸਾਡੀ ਅਸਲ ਤਾਕਤ, ਸਾਡੀਆਂ ਮਾਵਾਂ ਭੈਣਾਂ, ਉਹਨਾਂ ਦੀ ਅਰਦਾਸ। ਮੈਨੂੰ ਅੱਜ ਵੀ ਜਦੋਂ ਮੈਂ ਉਹਨਾਂ ਬਾਰੇ ਯਾਦ ਕਰਦਾ ਤਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ। ਅਤੇ ਨਾਲ ਹੀ ਬਾਪੂ ਸ਼ਿੰਗਾਰਾ ਸਿੰਘ ਅਤੇ ਉਹਨਾਂ ਦਾ ਖੂੰਡਾ, ਅਤੇ ਉਹਨਾਂ ਦਾ ਜੋ ਸਾਨੂੰ ਆਸਰਾ ਸੀ, ਜੋ ਸਾਨੂੰ ਉਹਨਾਂ ਦਾ ਹੱਲਾਸ਼ੇਰੀ ਸੀ। ਅਸੀਂ ਜੋ ਕੁਛ ਵੀ ਕੀਤਾ, ਸੰਘਰਸ਼ ਲੜੇ, ਜ਼ਾਲਮਾਂ ਨੂੰ ਢਾਇਆ, ਸ਼ਹਾਦਤਾਂ ਦਿੱਤੀਆਂ, ਐਡੇ ਐਡੇ ਜ਼ੁਲਮ ਸਹਿ, ਤਸ਼ੱਦਦ ਸਹਿ, ਉਹ ਇਹਨਾਂ ਬਜ਼ੁਰਗਾਂ ਦੀ ਅਰਦਾਸਾਂ, ਇਹਨਾਂ ਦੀ ਹੀ ਦੇਣ ਹੈ। ਅਤੇ ਇਹ ਜੋ ਸਾਡੇ ਸਿੰਘ ਸਨ, ਸਾਡੇ ਵੀਰ ਸਨ, ਉਹ ਕੀ ਫਰਕ ਸੀ? ਉਹ ਹੈ ਤਾਂ ਆਪਣੇ ਵਰਗੇ ਹੀ ਸੀ, ਸਾਡੇ 'ਚੋਂ ਹੀ ਸੀ, ਪਰ ਫਰਕ ਇਹ ਸੀ ਕਿ ਉਹ ਜੋ ਕੁਛ ਕਹਿੰਦੇ ਸੀ, ਜੇ ਪਾਠ ਕਰਦੇ ਸਨ, ਨਿਤਨੇਮ ਕਰਦੇ ਸਨ, ਅੰਮ੍ਰਿਤ ਛਕਦੇ ਸਨ, ਅਤੇ ਉੱਤੇ ਪੂਰੀ ਤਰ੍ਹਾਂ ਖੜਦੇ ਸਨ, ਉਹ ਅੰਦਰ ਗ੍ਰਹਿਣ ਕਰਦੇ ਸੀ, ਉਹ 'ਤੇ ਅਮਲ 'ਚ ਲੈ ਕੇ ਆਉਂਦੇ ਸਨ,
जो अंदर सी वह बाहर सी, उन्होंने अणखा सन वड्डिया जमीर सन तकड़िया, तो वह कभी भी घर बैठ के जरन वाले नहीं सी। उन्होंने सब तो अगे होके इन्हां सिंघां ने शहादतां ते संघर्ष लड़िया, तो इन्हां दी देण किते नहीं देण गिणी जा सकती। वड्डे जरनैल इस पिंड च पैदा होए, कंवरजीत सिंह वर्गे, हरमिंदर अर्गे, हरपाल अर्गे, ते किन्ने सिंह होए जिन्हां ने जो जालमां दे सारे जुल्म जिहड़े उह थका दित्ते। बाबा प्यारा सिंह, वह पहाड़ अर्गा सिंह, मैनू थोड़े दिन हुई कोई सिंह मिलिया, जदों आखिरी बार वह उन्हूं उन्हें देखिया, वह भी अंदर सी, ये भी अंदर सी, इत्थे इंटरोगेशन जिहड़ी जिथे वह गरमेल बाई अर्गे सी, मैनू भुल गया किहड़ी थां, तो वह दसदा कि मैं उन्हूं पुछया कि उदों आखिरी बार ही सी, उन्हूं पुछया कि किवें आ मौका मिलिया, तो कहिंदा बाबा जी ने कहा कि हुण तां मैनू लगदा कि आखिरी बार ही आ, एक्ति शायद बाहर नहीं जावांगे। पर वह बिल्कुल चढ़दी कला सी, कदी किसी ने कुछ नहीं दिता, कदी कोई दावा नहीं किया। ये असल सिंह, यही असल अकाली आ, यही असल पंथ, तो ये पंथ खड़ा आ, सदा इतने ही खड़ा, हुण भी इन्हां परिवारां ते इहो जिहे सिंघां ते खड़ना आ। जदों अज एक बड़ा क्राइसिस वाला समा आ, वड्डे संभावनावां आ, ते वड्डे चैलेंजेस भी आ पंथ अगे। सारी दुनिया दे हालत देखो, इस इंडियन सब कॉन्टीनेंट दे हाल देखो, ते पंथ इत्थे आपां देखिए कि बहुत वड्डे अगले दहाकियां च बहुत कुछ हो सकता आ, ते सानू बहुत जरूरी है कि उस तो पहला असी पंथ नूं सूत्रबद्ध करिए, पंथ नूं अंदरों तकड़ा करिए। पंथ नूं तकड़ा इन्हां परिवारां इन्हां सिंघां ने करना हुंदा, इन्हां दे नक्शे कदम ते चल के इन्हां दी लोह लैके ही करना हुंदा। असल पंथ भी यह है, असल अकाली भी यह है, ते सानू सदा ही इन्हां ते माण है, ते इन्हां तो मार्गदर्शन लैंदे रहांगे। वाहिगुरु जी का खालसा, वाहिगुरु जी की फतेह।